ਥਿਉਰੀ ਪਾ ਪੋਲੀਸਿਸਟਿਕ ఓਵਰੀ ਡਿਸੀਜ਼ ਮੌਜੂਦਾ ਸਮੇਂ ਦੇ ਵਿੱਚ ਐਨੀ ਵਧੇਰੇ ਵੱਧੀ ਜਾ ਰਹੀ ਹੈ ਕਿ ਵੇਖਿਆ ਜਾ ਰਿਹਾ ਹੈ ਕਿ ਹਰ ਤੀਜੀ ਕੁੜੀ ਇਸ ਦੇ ਨਾਲ ਅੱਜਕੱਲ ਪ੍ਰਭਾਵਿਤ ਹੋ ਰਹੀ ਹੈ ਪੀਰੀਅਡਸ ਦਾ ਸਹੀ ਸਮੇਂ ਤੇ ਨਾ ਆਉਣਾ ਮੋਟਾਪੇ ਦਾ ਵੱਧੇ ਹੀ ਜਾਣਾ ਮੂੰਹ ਤੇ ਪਿੰਪਲਸ ਦਾ ਮੁਹਾਸੇ ਹੋਣਾ ਜਾਂ ਫਿਰ ਮੂੰਹ ਤੇ ਵਾਧੂ ਵਾਲਾਂ ਦਾ ਹੋਣਾ ਕੀ ਇਹ ਚੀਜ਼ਾਂ ਆਮ ਨੇ ਜਾਂ ਫਿਰ ਨਹੀਂ ਪੀਸੀਓਡੀ ਜਾਂ ਫਿਰ ਪੋਲੀਸਿਸਟਿਕ ఓਵਰੀ ਡਿਸੀਜ਼ ਕੀ ਚੀਜ਼ ਹੈ ਤੇ ਇਸ ਦਾ ਕੋਈ ਹੱਲ ਹੈ ਵੀ ਜਾਂ ਨਹੀਂ ਇਸ ਤੇ ਅੱਜ ਆਪਾਂ ਗੱਲਬਾਤ ਕਰਾਂਗੇ PCOD ਕੀ ਚੀਜ਼ ਹੈ ਤੇ ਇਸ ਦੇ ਹੋਣ ਦੇ ਕੀ ਲੱਛਣ ਨੇ ਕਿ ਅਸੀਂ ਇਸ ਤੋਂ ਬਚ ਸਕਦੇ ਹਾਂ ਇਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਅੱਜ ਅਸੀਂ ਤੁਹਾਨੂੰ ਦਵਾਂਗੇ ਔਰਤਾਂ ਦੀ ਸਿਹਤ ਦੇ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ PCOD ਕੀ ਚੀਜ਼ ਹੈ PCOD ਦਾ ਮਤਲਬ ਹੈ ਓਵਰੀ ਦੇ ਵਿੱਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਸਿਸਟ ਜਾਂ ਗੰਡਾ ਬਣ ਜਾਂਦੀਆਂ ਨੇ ਤੇ ਅੰਡਾ ਸਹੀ ਸਮੇਂ ਤੇ ਫਟਦਾ ਨਹੀਂ ਹੈ ਜਿਸ ਕਰਕੇ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਇਸ ਦੇ ਵਿੱਚ ਹਾਰਮੋਨਸ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਕਈ ਦਿੱਕਤਾਂ ਸਾਹਮਣੇ ਆਉਂਦੀਆਂ ਨੇ ਇਸ ਦੇ ਵਿੱਚ ਅੰਡੇਦਾਨੀ ਦਾ ਆਕਾਰ ਵੱਧ ਜਾਂਦਾ ਹੈ ਭਾਵ ਕਿ ਅੰਡੇਦਾਨੀ ਦੇ ਵਿੱਚ ਸੋਚੀ ਛਾ ਜਾਂਦੀ ਹੈ ਪੀਸੀਓਡੀ ਦੇ ਲੱਛਣ ਕੀ ਨੇ ਇਸ ਦੇ ਬਾਰੇ ਦੱਸਿਆ ਪੀਸੀਓਡੀ ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਇਸ ਦੇ ਵਿੱਚ ਪੀਰੀਅਡਸ ਅਨਿਯਮਿਤ ਹੋ ਜਾਂਦੇ ਨੇ ਭਾਵ ਸਮੇਂ ਤੇ ਨਹੀਂ ਆਉਂਦੇ ਪੀਰੀਅਡਸ 2 ਜਾਂ 3 ਮਹੀਨਿਆਂ ਦੇ ਬਾਅਦ ਆਉਂਦੇ ਨੇ ਤੇ ਕਈ ਵਾਰ ਤਾਂ 1 ਮਹੀਨੇ ਦੇ ਵਿੱਚ 2 ਵਾਰ ਵੀ ਆ ਜਾਂਦੇ ਨੇ PCOD ਦੇ ਕਾਰਨ ਪੀਰੀਅਡਸ ਦੀ ਜਿਹੜੀ ਬਲੀਡਿੰਗ ਹੈ ਉਹ ਘਟ ਜਾਂਦੀ ਹੈ ਤੇ ਵੇਖਿਆ ਗਿਆ ਹੈ ਕਿ ਕਈ ਕੁੜੀਆਂ ਨੂੰ 6 ਤੋਂ 7 ਮਹੀਨਿਆਂ ਤੱਕ ਬਿਨਾਂ ਦਵਾਈਆਂ ਦੇ ਪੀਰੀਅਡਸ ਆਉਂਦੇ ਹੀ ਨਹੀਂ ਨੇ PCOD ਦਾ ਦੂਜਾ ਲੱਛਣ ਇਹ ਹੈ ਕਿ ਇਸ ਦੇ ਕਾਰਨ ਪੇਟ ਦੇ ਉੱਪਰ ਮੋਟਾਪਾ ਵੱਜ ਜਾਂਦਾ ਹੈ ਕਿਹਾ ਜਾ ਸਕਦਾ ਹੈ ਕਿ ਮੋਟਾਪੇ ਕਰਕੇ ਇਸ ਸਮੱਸਿਆ ਹੁੰਦੀ ਹੈ ਤੇ PCOD ਕਰਕੇ ਮੋਟਾਪਾ ਹੁੰਦਾ ਦੋਵੇਂ ਹੀ ਇੱਕ ਦੂਜੇ ਦੇ ਕਾਰਨ ਬਣਦੇ ਨੇ ਇਸ ਤੋਂ ਇਲਾਵਾ ਵੇਖਿਆ ਗਿਆ ਹੈ ਕਿ ਮੂਹ ਤੇ ਮੁਹਾਸੇ ਹੋ ਜਾਂਦੇ ਨੇ ਤੇ ਕਈ ਵਾਰ ਤਾਂ ਸਰੀਰ ਦੇ ਹੋਰ ਹਿੱਸਿਆਂ ਤੇ ਵੀ ਮੁਹਾਸੇ ਨਿਕਲ ਜਾਂਦੇ ਨੇ ਪੀਸੀਓਡੀ ਦੇ ਵਿੱਚ ਔਰਤਾਂ ਦੀ ఓਵਰੀਸ ਦੇ ਵਿੱਚ ਕਈ ਸਾਰੀਆਂ ਗੰਡਾ ਮਰ ਜਾਂਦੀਆਂ ਨੇ ਤੇ ਅੰਡਾ ਨਿਕਲਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਇਹ ਬਾਝਪਨ ਦਾ ਕਾਰਨ ਵੀ ਬਣ ਸਕਦੀਆਂ ਨੇ ਮੋਟਾਪਾ ਇਸ ਦਾ ਲੱਛਣ ਹੈ ਤੇ ਇਹ ਮੋਟਾਪੇ ਦਾ ਕਾਰਨ ਵੀ ਹੋ ਸਕਦੀ ਹੈ ਜਦੋਂ ਮਹਾਮਾਰੀ ਸ਼ੁਰੂ ਹੁੰਦੀ ਹੈ ਭਾਵ 12 ਤੋਂ 14 ਸਾਲ ਦੀ ਉਮਰ ਉਦੋਂ ਤੋਂ ਹੀ ਇਸ ਦਾ ਡਰ ਪੈਦਾ ਹੋ ਸਕਦਾ ਹੈ ਹਾਲਾਂਕਿ ਸਰੀਰਕ ਸਰਗਰਮੀ ਤੇ ਚੰਗੀ ਜੀਵਨ ਸ਼ੈਲੀ ਦੇ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ ਇਸ ਦਾ ਇਲਾਜ ਨਾਲੋਂ ਜ਼ਿਆਦਾ ਬਚਾਅ ਜੀਵਨ ਸ਼ੈਲੀ ਕਰਦੀ ਹੈ ਨਹੀਂ ਤਾਂ ਬਿਮਾਰੀ ਵਾਪਸ ਵੀ ਆ ਸਕਦੀ ਹੈ ਮਰੀਜ਼ ਨੂੰ ਇਲਾਜ ਦੇ ਨਾਲ ਕਾਉਂਸਲਿੰਗ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਉਹ ਤਣਾਅ ਦੇ ਵਿੱਚ ਨਾ ਜਾਵੇ ਜੇ ਇੱਕ ਲੱਛਣ ਨਜ਼ਰ ਆਵੇ ਤਾਂ ਉਸ ਨੂੰ ਪੀਸੀਓਡੀ ਤੇ ਜੇ ਜਿਆਦਾ ਲੱਛਣ ਨਜ਼ਰ ਆਣ ਤਾਂ ਉਸ ਨੂੰ ਪੀਸੀਓ ਇਸ ਕਿਹਾ ਜਾਂਦਾ ਹੈ ਪੀਸੀਓ ਦੇ ਕਰਕੇ ਮੂੰਹ ਤੇ ਵਾਲਾਂ ਦਾ ਆਉਣਾ ਠੋਡੀ ਤੇ హెయిਰ ਗਰੋਥ ਦਾ ਹੋਣਾ ਜਾਂ ਫਿਰ ਔਰਤਾਂ ਦੇ ਸਰੀਰ ਦੇ ਉੱਤੇ ਉਸ ਹੀ ਹਿੱਸੇ ਤੇ ਵਾਲ ਆਉਣੇ ਜਿੱਥੇ ਆਮ ਤੌਰ ਤੇ ਵਾਲ ਨਹੀਂ ਆਉਂਦੇ ਸਮੇਂ ਦੇ ਨਾਲ-ਨਾਲ ਇਸ ਸਮੱਸਿਆ ਜਿਹੜੀ ਹੈ ਉਹ ਵੱਧਦੀ ਹੀ ਜਾਂਦੀ ਹੈ ਪੀਸੀਓ ਦੇ ਕਰਕੇ ਔਰਤਾਂ ਦੇ ਵਿੱਚ ਬਾਝਪਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ ਤੇ ਜੇਕਰ ਪੀਸੀਓ ਦੇ ਕਾਬੂ ਨਹੀਂ ਕੀਤਾ ਜਾਂਦਾ ਤਾਂ 슈ਗਰ ਦਾ ਵੀ ਇਹ ਕਾਰਨ ਬਣ ਸਕਦੀ ਹੈ ਜੇਕਰ ਪੀਸੀਓਡੀ ਦੇ ਨਾਲ ਭਾਰ ਨੂੰ ਵੀ ਕੰਟਰੋਲ ਦੇ ਵਿੱਚ ਨਾ ਰੱਖਿਆ ਜਾਵੇ ਤਾਂ ਇਹ ਅੱਗੇ ਜਾ ਕੇ ਬੱਚੇਦਾਨੀ ਦੀ ਪਰਤ ਦੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ। ਇਸ ਇਲਾਜ ਦੇ ਨਾਲ ਇਹ ਕੋਈ ਛੋਟੀ ਮੋਟੀ ਸਮੱਸਿਆ ਨਹੀਂ ਹੈ ਜਿਸ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ। ਜੇਕਰ ਪੀਸੀਓਡੀ ਨੂੰ ਲੰਬਾ ਸਮਾਂ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਕਈ ਸਾਲਾਂ ਤੱਕ ਇਲਾਜ ਨਾ ਕਰਵਾਇਆ ਜਾਵੇ ਤਾਂ ਹੋਰ ਵੀ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਪੀਸੀਓਡੀ ਦੇ ਮਾਨਸਿਕ ਲੱਛਣ ਕੀ ਨੇ? ਆਮ ਤੌਰ ਤੇ ਪੀਸੀਓਡੀ ਦੀ ਸਮੱਸਿਆ ਦੇ ਨਾਲ ਝੁੱਜ ਰਹੀਆਂ ਕੁੜੀਆਂ ਜਾਂ ਔਰਤਾਂ ਆਪਣੇ ਸਰੀਰ ਦੀ ਬਨਾਵਟ ਤੋਂ ਖੁਸ਼ ਨਹੀਂ ਹੁੰਦੀਆਂ। ਮੂੰਹ ਤੇ ਮੁਹਾਸੇ, ਵਾਲ ਆਣਾ, ਮੋਟਾਪਾ ਜਾਂ ਅਨਿਯਮ ਮਹਾਮਾਰੀ ਕਰਕੇ ਉਹਨਾਂ ਦਾ ਆਤਮ ਵਿਸ਼ਵਾਸ ਘਟ ਜਾਣਾ ਤੇ ਅੱਗੇ ਜਾ ਕੇ ਤਣਾਅ ਦੀਆਂ ਉਹ ਸ਼ਿਕਾਰ ਹੋ ਜਾਂਦੀਆਂ ਨੇ। ਉਹ ਤਣਾਅ ਦੇ ਵਿੱਚ ਰਹਿੰਦੀਆਂ ਨੇ ਤੇ ਕਿਸੇ ਨੂੰ ਵੀ ਮਿਲਣ ਤੋਂ ਖਤਰੋਂਦੀਆਂ ਨੇ ਤੇ ਆਪਣੀ ਵੱਖਰੀ ਦੁਨੀਆ ਦੇ ਵਿੱਚ ਸਿਮਟ ਕੇ ਰਹਿ ਜਾਂਦੀਆਂ ਨੇ। ਇਸ ਲਈ ਪੀਸੀਓਡੀ ਕਰਕੇ ਸਰੀਰਕ ਤੇ ਮਾਨਸਿਕ ਦੋਵਾਂ ਕਿਸਮ ਦੀਆਂ ਪਰੇਸ਼ਾਨੀਆਂ ਦਾ ਕਾਰਨ ਉਹਨਾਂ ਨੂੰ ਬਣਨਾ ਪੈਂਦਾ ਹੈ ਜਦੋਂ ਕੋਈ ਪੀਸੀਓਡੀ ਦੇ ਨਾਲ ਪ੍ਰਭਾਵਿਤ ਮਰੀਜ਼ ਆਉਂਦਾ ਹੈ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਦੇ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਲੱਛਣਾਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਨਾਲ ਤੰਦਰੁਸਤ ਸਮਝੇ ਹੁਣ ਗੱਲ ਕਰਦੇ ਹਾਂ ਪੀਸੀਓਡੀ ਕਿਉਂ ਹੁੰਦਾ ਹੈ ਪੀਸੀਓਡੀ ਇੱਕ ਜੀਵਨ ਸ਼ੈਲੀ ਦੇ ਨਾਲ ਜੁੜੀ ਸਮੱਸਿਆ ਹੈ ਜਿਵੇਂ ਤੁਸੀਂ ਵੇਖਿਆ ਜਾਂ ਸੁਣਿਆ ਹੋਵੇਗਾ ਕਿ ਹਾਈਪਰ ਟੈਨਸ਼ਨ ਡਾਇਬੀਟਿਸ ਇੱਕ ਲਾਈਫਸਟਾਈਲ ਸਮੱਸਿਆ ਹੈ ਭਾਵੇਂ ਤੁਹਾਡਾ ਖਾਣ ਪੀਣ ਕਿਸ ਤਰ੍ਹਾਂ ਦਾ ਹੈ ਤੁਸੀਂ ਕਿਵੇਂ ਰਹਿੰਦੇ ਹੋ ਇਸੇ ਤਰ੍ਹਾਂ ਪੀਸੀਓਡੀ ਵੀ ਇੱਕ ਜੀਵਨ ਸ਼ੈਲੀ ਦੇ ਨਾਲ ਜੁੜੀ ਹੋਈ ਸਮੱਸਿਆ ਹੈ ਜੇਕਰ ਤੁਸੀਂ ਜੰਕ ਜਾਂ ਗਲਤ ਖਾਣਾ ਪੀਣਾ ਖਾਂਦੇ ਹੋ ਜਾਂ ਸਰੀਰ ਕਸਰਤ ਵੱਲ ਧਿਆਨ ਨਹੀਂ ਦਿੰਦੇ ਜਤਨਾ ਲੈ ਰਹੇ ਹੋ ਜਿਵੇਂ ਅੱਜਕੱਲ੍ਹ ਲੋਕ ਆਪਣੀ ਨੌਕਰੀ ਜਾਂ ਕਿਸੇ ਵੀ ਚੀਜ਼ ਦਾ ਦਬਾਅ ਬਹੁਤ ਜਲਦੀ ਲੈ ਲੈਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਵੀ ਇਹ ਸਮੱਸਿਆ ਜਿਹੜੀ ਹੈ ਉਹ ਵੱਧਦੀ ਹੀ ਜਾਂਦੀ ਹੈ ਜੇਕਰ ਸਰੀਰਕ ਗਤੀਵਿਧੀਆਂ ਦਾ ਘੱਟ ਹੋਣਾ, ਖਰਾਬ ਡਾਈਟ ਹੋਣਾ ਤੇ ਤਣਾਅ ਸਾਰੇ ਹੀ ਕਾਰਨ ਇਕੱਠੇ ਹੋ ਜਾਣ ਤਾਂ ਇਹ ਸਾਰੇ ਮਿਲ ਕੇ ਹੌਲੀ-ਹੌਲੀ ਪੀਸੀਓਡੀ ਨੂੰ ਜਨਮ ਦਿੰਦੇ ਨੇ। ਕੀ ਪੀਸੀਓਡੀ ਜੱਦੀ ਹੁੰਦੀ ਹੈ? ਜੀ ਹਾਂ ਇਸ ਤੇ ਦੱਸਦੇ ਹਾਂ। ਜੀ ਹਾਂ ਪੀਸੀਓਡੀ ਦੀ ਸਮੱਸਿਆ ਜੈਨੇਟਿਕ ਵੀ ਹੋ ਸਕਦੀ ਹੈ। ਜੇਕਰ ਤੁਹਾਡੇ ਮਾਂ ਜਾਂ ਘਰ ਦੇ ਵਿੱਚ ਕਿਸੇ ਹੋਰ ਨੂੰ ਪੀਸੀਓਡੀ ਦੀ ਸਮੱਸਿਆ ਹੈ ਤਾਂ ਤੁਹਾਡੇ ਲਈ ਵੀ ਖਤਰਾ ਹੈ ਕਿ ਤੁਸੀਂ ਵੀ ਇਸ ਦਾ ਸ਼ਿਕਾਰ ਹੋ ਸਕਦੇ ਹੋ। ਹਾਲਾਂਕਿ ਜ਼ਿਆਦਾਤਰ ਇਹ ਵਾਤਾਵਰਣ ਕਾਰਕਾਂ ਪਾਵ ਤੁਹਾਡੇ ਆਪਣੇ ਰਹਿਣ ਸਹਿਣ ਦੇ ਉੱਪਰ ਵਧੇਰੇ ਜਿਹੜੀ ਨਿਰਭਰ ਹੁੰਦੀ ਹੈ ਕਿਸ ਉਮਰ ਦੀਆਂ ਔਰਤਾਂ ਪੀਸੀਓਡੀ ਦੇ ਨਾਲ ਪ੍ਰਭਾਵਿਤ ਹੁੰਦੀਆਂ ਨੇ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਅਲੜ ਕੁੜੀਆਂ ਦੇ ਵਿੱਚ ਪੀਸੀਓਡੀ ਦੀ ਸਮੱਸਿਆ ਆਮ ਹੁੰਦੀ ਹੈ ਆਮ ਕਰਕੇ 15 ਤੋਂ 25 ਸਾਲ ਦੀਆਂ ਕੁੜੀਆਂ ਦੇ ਵਿੱਚ ਇਹ ਸਮੱਸਿਆ ਵਧੇਰੇ ਹੁੰਦੀ ਹੈ 25 ਤੋਂ 40 ਸਾਲ ਤੱਕ ਵੀ ਪੀਸੀਓਡੀ ਦੀ ਸਮੱਸਿਆ ਵੇਖਣ ਨੂੰ ਮਿਲ ਸਕਦੀ ਹੈ ਪੀਸੀਓਡੀ ਦੀ ਸਮੱਸਿਆ ਕਦੋਂ ਸ਼ੁਰੂ ਹੁੰਦੀ ਹੈ ਇਸ ਸਮੱਸਿਆ ਦੀ ਸ਼ੁਰੂਆਤ ਮਹਾਮਾਰੀ ਦੇ ਨਾਲ ਹੀ ਹੋ ਸਕਦੀ ਹੈ ਜਦੋਂ ਕੁੜੀਆਂ ਦੇ ਸਰੀਰ ਦੇ ਵਿੱਚ ਹਾਰਮੋਨਾਂ ਦੇ ਪਦਰ ਤੋਂ ਬਹੁਤ ਸਾਰੇ ਬਦਲਾਅ ਆ ਰਹੇ ਹੁੰਦੇ ਨੇ ਇਸ ਸਮੇਂ ਜੇ ਕੁੜੀਆਂ ਸਰੀਰਕ ਤੌਰ ਤੇ ਸਰਗਰਮ ਨਹੀਂ ਰਹਿੰਦੀਆਂ ਤੇ ਆਪਣਾ ਖਾਣਾ ਪੀਣਾ ਠੀਕ ਨਹੀਂ ਰੱਖਦੀਆਂ ਤਾਂ ਇਹ ਸਮੱਸਿਆ ਸ਼ੁਰੂ ਹੋ ਸਕਦੀ ਹੈ ਕਿਵੇਂ ਬਚਿਆ ਜਾ ਸਕਦਾ ਹੈ ਪੀਸੀਓਡੀ ਦੇ ਰੋਗ ਤੋਂ ਜੇਕਰ ਅਸੀਂ ਸ਼ੁਰੂ ਦੇ ਵਿੱਚ ਹੀ ਆਪਣਾ ਰੈਂਸ ਐਂਡ ਠੀਕ ਰੱਖੀਏ ਤਾਂ ਕਾਫੀ ਹੱਦ ਤੱਕ ਪੀਸੀਓਡੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ PCOD ਤੇ PCOS ਦੇ ਵਿੱਚ ਕੀ ਫਰਕ ਹੈ ਇਸ ਬਾਰੇ ਗੱਲ ਕਰਦੇ ਆਂ PCOD ਜਾਂ PCOS ਦੇ ਵਿੱਚ ਕੀ ਫਰਕ ਹੈ ਦੋਹਾਂ ਦੇ ਸ਼ੁਰੂਆਤੀ ਕਾਰਨ ਇੱਕੋ ਜਿਹੇ ਨੇ ਦੋਹੀ ਹੀ ਲਾਈਫ ਸਟਾਈਲ ਤੋਂ ਪ੍ਰਭਾਵਿਤ ਹੁੰਦੀਆਂ ਨੇ ਤੇ ਦੋਵਾਂ ਦਾ ਹੀ ਇਲਾਜ ਇੱਕੋ ਜਿਹਾ ਹੈਗਾ ਫਿਰ ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਹੈ ਜੇਕਰ ਤੁਹਾਨੂੰ ਕੋਈ ਲੱਛਣ ਵਿਖਾਈ ਦੇ ਰਹੇ ਨੇ ਜਾਂ ਸੀ ਇਸ ਨੂੰ PCOD ਦਾ ਨਾਮ ਦਿੰਦੇ ਆਂ ਭਾਵ ਕਿ PCOD ਇੱਕ ਬਿਮਾਰੀ ਹੈ ਤੁਜੀ ਬਾਰੇ ਪੀਸੀਓਐਸ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਲੱਛਣਾਂ ਦਾ ਸੁਮੇਲ ਹੈ। ਮਿਸਾਲ ਦੇ ਤੌਰ ਤੇ ਤੁਹਾਨੂੰ ਪੀਰੀਅਡਸ ਵੀ ਨਹੀਂ ਆ ਰਹੇ, ਤੁਸੀਂ ਬਾਝਪਨ ਦੀ ਸਮੱਸਿਆ ਨਾਲ ਵੀ ਝੁੱਜ ਰਹੇ ਹੋ, ਮੂੰਹ ਤੇ ਮੁਹਾਸੇ ਵੀ ਹੋ ਰਹੇ ਨੇ, హెయిਰ ਗਰੋਥ ਵੀ ਆਮ ਨਾਲੋਂ ਵੱਧ ਹੋ ਰਹੀ ਹੈ ਤੇ ਸ਼ੂਗਰ ਵੀ ਹੋ ਰਹੀ ਹੈ। ਜਦੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਲੱਛਣ ਇਕੱਠੇ ਹੋ ਜਾਂਦੇ ਨੇ ਤਾਂ ਉਸ ਨੂੰ ਸਿੰਡਰੋਮ ਦਾ ਨਾਮ ਦੇ ਦਿੱਤਾ ਜਾਂਦਾ ਹੈ। ਕਿਸੇ ਵੀ ਉਲਝਣ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਦੋਵਾਂ ਦੇ ਵਿੱਚ ਮੂਲ ਸਮੱਸਿਆ ਇੱਕ ਹੀ ਹੈ ਜਿਸ ਨੂੰ ਹੱਲ ਕਰਨਾ ਜ਼ਰੂਰੀ ਹੈ। PCOD ਬਾਰੇ ਕਿਵੇਂ ਪਤਾ ਲੱਗਦਾ ਹੈ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ PCOD ਹੈ ਜਾਂ ਫਿਰ ਨਹੀਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਲੱਛਣਾਂ ਦੇ ਬਾਰੇ ਪਤਾ ਕਰਨਾ ਹੋਵੇਗਾ ਜੇਕਰ ਤੁਸੀਂ ਇਹਨਾਂ ਪ੍ਰਤੀ ਜਾਗਰੂਕ ਨਹੀਂ ਹੋਗੇ ਤਾਂ ਤੁਸੀਂ ਡਾਕਟਰੀ ਸਲਾਹ ਲੈ ਸਕਦੇ ਹੋ ਜਦੋਂ ਤੁਹਾਨੂੰ ਆਪਣੇ ਅੰਦਰ ਇਸ ਦੇ ਲੱਛਣ ਦਿਖਾਈ ਦੇਣ ਤਾਂ ਆਪਣੇ ਡਾਕਟਰ ਨੂੰ ਇਸ ਬਾਰੇ ਜ਼ਰੂਰ ਦੱਸੋ ਕਿਹੜੇ ਟੈਸਟ ਕੀਤੇ ਜਾਂਦੇ ਨੇ ਇਸ ਬਾਰੇ ਗੱਲ ਕਰਦੇ ਆਂ ਡਾਕਟਰ ਸਭ ਤੋਂ ਪਹਿਲਾਂ ਤੁਹਾਡੇ ਕੁਝ ਖੂਨ ਤੇ ਹਾਰਮੋਨਸ ਦੇ ਕੁਝ ਟੈਸਟ ਕਰਵਾਏਗਾ ਇਸ ਦੇ ਨਾਲ ਹੀ ਅਲਟਰਾਸਾਉਂਡ ਵੀ ਕੀਤਾ ਜਾ ਸਕਦਾ ਹੈ ਇਹਨਾਂ ਟੈਸਟਾਂ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲਗਾਇਆ ਜਾਂਦਾ ਹੈ ਕਿ ਪੀਸੀਓਡੀ ਦੀ ਸਮੱਸਿਆ ਹੈ ਜਾਂ ਫਿਰ ਨਹੀਂ ਇੱਕ ਵਾਰ ਪੀਸੀਓਡੀ ਦੀ ਪੁਸ਼ਟੀ ਹੁੰਦੀ ਹੈ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਪੀਸੀਓਡੀ ਦਾ ਇਲਾਜ ਕੀ ਹੈ ਇਸ ਬਾਰੇ ਦੱਸਦੇ ਆਂ ਇਸਿョਰੀ ਦਾ ਮੁੱਖ ਇਹਲਾ ਤੁਹਾਡੇ ਰਹਿਣ ਸਹਿਣ ਦੇ ਨਾਲ ਜੁੜਿਆ ਹੁੰਦਾ ਹੈ ਪਹਿਲੇ ਪੜਾਅ ਦੇ ਵਿੱਚ ਮਰੀਜ਼ ਦੀ ਕਾਉਂਸਲਿੰਗ ਕੀਤੀ ਜਾਂਦੀ ਹੈ ਕਿਉਂਕਿ ਆਮ ਤੌਰ ਤੇ ਇਸ ਸਮੱਸਿਆ ਦੇ ਨਾਲ ਝੁੱਜ ਰਹੀਆਂ ਕੁੜੀਆਂ ਤਣਾਅ ਤੇ ਉਦਾਸੀ ਪਾਉਂਦਾ ਜਿਹੜਾ ਸ਼ਿਕਾਰ ਹੋ ਰਹੀਆਂ ਹੁੰਦੀਆਂ ਇਸੇ ਲਈ ਅਜੇਹਾ ਮਰੀਜ਼ ਕਿਸੇ ਵੀ ਕਦਮ ਨੂੰ ਜਲਦੀ ਨਹੀਂ ਅਪਣਾਉਂਦਾ ਕਾਉਂਸਲਿੰਗ ਕਰਕੇ ਮਰੀਜ਼ ਨੂੰ ਦੱਸਿਆ ਜਾਂਦਾ ਹੈ ਕਿ ਇਸ ਦਾ ਇਲਾਜ ਹੈ ਤੇ ਘਬਰਾਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਡਾਈਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਂਦਾ ਬਾਹਰ ਦਾ ਖਾਣਾ ਪੀਣਾ ਜਾਂ ਜੰਕ ਫੂਡ ਨਹੀਂ ਖਾਣ ਦਿੱਤਾ ਜਾਣਾ ਚਾਹੀਦਾ ਜੇਕਰ ਖਾਣਾ ਵੀ ਪਏ ਤਾਂ ਹਫਤੇ 10 ਦਿਨ ਦੇ ਵਿੱਚ ਸਿਰਫ ਇੱਕ ਵਾਰ ਹੀ ਖਾਧਾ ਜਾਏ ਘਰ ਦੇ ਖਾਣੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਬਾਹਰ ਦੀਆਂ ਰਿਫਾਈਨਡ 슈ਗਰ ਜਿਵੇਂ ਕਿ ਕੇਕ ਪੇਸਟਰੀ ਬਿਸਕੁਟ ਜਾਂ ਇਸ ਤਰ੍ਹਾਂ ਦੇ ਕਿਸੇ ਵੀ ਬਾਹਰ ਦੇ ਖਾਣੇ ਤੋਂ ਪਰਹੇਜ਼ ਕੀਤਾ ਜਾਏ ਇਸ ਦੇ ਨਾਲ ਹੀ 슈ਗਰ ਦੇ ਪੱਧਰ ਨੂੰ ਵੀ ਘਟਾਉਣ ਦਾ ਯਤਨ ਕੀਤਾ ਜਾਏ ਸਰੀਰਕ ਕਸਰਤ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਸਰੀਰਕ ਕਸਰਤ ਦੇ ਵਿੱਚ ਤੁਸੀਂ ਆਪਣੀ ਸਹੂਲਤ ਦੇ ਅਨੁਸਾਰ ਯੋਗਾ ਡਾਂਸ ਜਿਮ ਇਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨਾਲ ਆਪਣਾ ਭਾਰ ਜਿਹੜਾ ਆ ਉਹ ਘਟਾ ਸਕਦੇ ਹੋ ਕਿ ਪੀਸੀਓਡੀ ਮੋٹے ਲੋਕਾਂ ਨੂੰ ਹੀ ਹੁੰਦੀ ਹੈ ਨਹੀਂ ਕਈ ਵਾਰ ਵੇਖਿਆ ਗਿਆ ਹੈ ਕਿ ਪਤਲੀਆਂ ਕੁੜੀਆਂ ਨੂੰ ਵੀ ਪੀਸੀਓਡੀ ਦੀ ਸਮੱਸਿਆ ਹੁੰਦੀ ਹੈ ਅਜਿਹੇ ਕੇਸ ਦੇ ਵਿੱਚ ਅਸੀਂ ਉਸ ਮਰੀਜ਼ ਦਾ ਭਾਰ ਤਾਂ ਨਹੀਂ ਘਟਾਉਣਾ ਚਾਹੁੰਦੇ ਪਰ ਅਸੀਂ ਉਸ ਨੂੰ ਸਰੀਰਕ ਗਤੀਵਿਧੀਆਂ ਵਿਧਾਨ ਤੇ ਡਾਈਟ ਠੀਕ ਰੱਖਣ ਦੀ ਸਲਾਹ ਜ਼ਰੂਰ ਦਿੰਦੇ ਹਾਂ ਅਜਿਹਾ ਕਰਨ ਦੇ ਨਾਲ ਕਾਫੀ ਹੱਦ ਤੱਕ ਪੀਸੀਓਡੀ ਤੋਂ ਨਿਜਾਤ ਪਾਈ ਜਾ ਸਕਦੀ ਹੈ ਪੀਸੀਓਡੀ ਦੇ ਇਲਾਜ ਦੇ ਵਿੱਚ ਸਰੀਰਕ ਗਤੀਵਿਧੀਆਂ ਤੇ ਚੰਗੀ ਡਾਈਟ 70% ਅਸਰ ਪਾਉਂਦੀਆਂ ਨੇ ਤੇ ਇਸ ਤੋਂ ਇਲਾਵਾ ਹੋਰ ਦਵਾਈਆਂ ਵੀ ਨੇ ਜਿਨ੍ਹਾਂ ਰਾਹੀਂ ਪੀਸੀਓਡੀ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਦਵਾਈਆਂ ਵੀ ਉਦੋਂ ਅਸਰ ਵਿਖਾਉਂਦੀਆਂ ਨੇ ਜਦੋਂ ਤੁਸੀਂ ਆਪਣੇ ਰਹਿਣ ਸਹਿਣ ਨੂੰ ਬਦਲਦੇ ਹੋ ਕਿਸ ਤਰ੍ਹਾਂ ਦੀਆਂ ਦਵਾਈਆਂ ਇਸ ਰੋਗ ਨੂੰ ਲੈ ਕੇ ਵਰਤੋਂ ਦੇ ਵਿੱਚ ਆਉਂਦੀਆਂ ਨੇ ਈਥੀਰੀਡੇਲਾਸ ਲਈ ਦੋ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਹਾਰਮੋਨਸ ਤੇ ਬਿਨਾ ਹਾਰਮੋਨਸ ਵਾਲੀਆਂ ਦਵਾਈਆਂ ਸ਼ਾਮਲ ਹੁੰਦੀਆਂ ਨੇ ਤੁਹਾਨੂੰ ਕਿਹੜੀ ਦਵਾਈ ਦੇਣੀ ਹੈ ਇਹ ਸਭ ਫੈਸਲਾ ਤੁਹਾਡੇ ਲੱਛਣ ਦੇਖ ਕੇ ਜਾਂ ਬਲੱਡ ਟੈਸਟ ਕਰਕੇ ਹੀ ਲਗਾਇਆ ਜਾ ਸਕਦਾ ਹੈ ਇਹ ਦਵਾਈਆਂ ਸੁਰੱਖਿਅਤ ਨੇ ਇਹਨਾਂ ਦਾ ਕੋਈ ਜ਼ਿਆਦਾ ਬੁਰਾ ਪ੍ਰਭਾਵ ਨਹੀਂ ਪੈਂਦਾ पीसीडी की समस्या ਸਾਡੇ ਰਹਿਣ ਸਹਿਣ ਕਰਕੇ ਸ਼ੁਰੂ ਹੁੰਦੀ ਹੈ ਤੇ ਇਸ ਦੇ ਇਲਾਜ ਦੇ ਵਿੱਚ ਹੋਮਿਓਪੈਥਿਕ ਜਾਂ ਆਯੁਰਵੈਦਿਕ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਇਹ ਉਦੋਂ ਹੀ ਆਪਣਾ ਅਸਰ ਵਿਖਾਉਣਗੇ ਜਦੋਂ ਤੁਸੀਂ ਇਹ ਪੂਰੀ ਤਰ੍ਹਾਂ ਦੇ ਨਾਲ ਸਰੀਰਕ ਤੇ ਮਾਨਸਿਕ ਤੌਰ ਤੇ ਐਕਟਿਵ ਹੋਵੋਗੇ ਕੀ ਪੀਸੀਡੀ ਤੋਂ ਬਚਾਅ ਸੰਭਵ ਹੈ ਪੀਸੀਡੀ ਤੋਂ ਜ਼ਰੂਰ ਬਚਿਆ ਜਾ ਸਕਦਾ ਹੈ ਜਦੋਂ ਪੀਰੀਅਡਸ ਸ਼ੁਰੂ ਹੋਣ ਦਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਸਰੀਰ ਦੇ ਵਿੱਚ ਹਾਰਮੋਨ ਸਭ ਤੋਂ ਵੱਧ ਬਦਲਦੇ ਨੇ ਜੇਕਰ ਉਸ ਸਮੇਂ ਮਤਲਬ 12 ਤੋਂ 13 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਜਿਨ੍ਹਾਂ ਨੂੰ ਪੂਰੇ ਪੀਰੀਅਡਸ ਸ਼ੁਰੂ ਹੋਏ ਨੇ ਉਹਨਾਂ ਦੀਆਂ ਸਰੀਰਕ ਗਤੀਵਿਧੀਆਂ ਤੇ ਡਾਈਟ ਪ੍ਰਤੀ ਅਸੀਂ ਸੁਚੇਤ ਰ੍ਹਾਂਗੇ ਤਾਂ ਅਸੀਂ ਪੀਸੀਓਡੀ ਤੋਂ ਨجات پا ਸਕਾਂਗੇ ਕੀ ਪੀਸੀਓਡੀ ਦੁਬਾਰਾ ਹੋ ਸਕਦੀ ਹੈ ਜੇਕਰ ਇੱਕ ਵਾਰ ਇਲਾਜ ਤੋਂ ਬਾਅਦ ਪੀਸੀਓਡੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਤਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਇਹ ਮੁੜ ਵੀ ਹੋ ਸਕਦੀ ਹੈ ਜਿਵੇਂ ਕਿ ਤੁਸੀਂ ਆਪਣੇ ਰੈਂਡ ਸੈਂਡ ਨੂੰ ਖਰਾਬ ਕਰੋਗੇ ਜਾਂ ਖਾ ਖੁਰਾਕ ਦੇ ਵੱਲ ਧਿਆਨ ਨਹੀਂ ਦਿਓਗੇ ਤਾਂ ਮੋਟਾਪਾ ਦੁਬਾਰਾ ਵਧੇਗਾ ਤੇ ਪੀਸੀਓਡੀ ਦੀ ਸਮੱਸਿਆ ਵੀ ਮੋੜ ਤੋਂ ਵਾਪਸ ਆਏਗੀ ਇਸ ਲਈ ਜੇਕਰ ਤੁਸੀਂ ਇੱਕ ਵਾਰ ਪੀਸੀਓਡੀ ਤੋਂ ਠੀਕ ਹੋ ਚੁੱਕੇ ਹੋ ਤਾਂ ਤੁਹਾਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਭੁਵਿੱਖ ਦੇ ਵਿੱਚ ਮੁੜ ਪੀਸੀਓਡੀ ਨਾ